ਪੰਜਾਬ ਦੇ ਕੈਬਨਟ ਮੰਤਰੀ ਅਨਵਲ ਗਨਮਾਨ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਨਵਲ ਗਨਮਾਨ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੰਨਣ ਜਾ ਰਹੇ ਹਨ ਮੰਤਰੀ 16 ਜੂਨ ਨੂੰ ਆਪਣਾ ਗ੍ਰਸਤੀ ਜੀਵਨ ਸ਼ੁਰੂ ਕਰਨਗੇ ਕੈਬਨਟ ਮੰਤਰੀ ਦਾ ਵਿਆਹ 16 ਜੂਨ ਨੂੰ ਨਿਸ਼ਚਿਤ ਹੋਇਆ ਹੈ ਦੱਸਦੀ ਕਿ ਲਾੜਾ ਸ਼ਾਹਬਾਤ ਸਿੰਘ ਪੇਸ਼ੇਵੋ ਜੁਵਕੀਲ ਹੈ ਵਿਆਹ ਸਮਾਗਮ ਦਾ ਪ੍ਰੋਗਰਾਮ ਜੀਰਖਪੁਰ ਦੇ ਇੱਕ ਪੈਲਸ ਵਿੱਚ ਰੱਖਿਆ ਗਿਆ ਹੈ ਦੱਸਦੀ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਟ ਮੰਤਰੀ ਹਰਜੋਤ ਮੈਸ ਅਤੇ ਗੁਰਮੀਤ ਸਿੰਘ ਮੀਤਹੇਰ ਦਾ ਵਿਆਹ ਹੋਇਆ ਸੀ ਇਸ ਤੋਂ ਇਲਾਵਾ ਕਈ ਵਿਧਾਇਕਾਂ ਦੇ ਵੀ ਵਿਆਹ ਹੋ ਚੁੱਕੇ ਹਨ ਅਨਮੋਲ ਗਨਮਾਨ ਨੇ ਖਰੜਾ ਵਿਧਾਨ ਸਭਾ ਹਲਕੀ ਤੋਂ ਸਾਲ 2022 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਅਤੇ ਜਿੱਤੀ ਇਸ ਦੇ ਨਾਲ ਹੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਉਹਨਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦਿੱਤਾ ਗਿਆ ਇਸ ਦਰਾਂ ਲਈ ਉਹਨਾਂ ਕੋਲ ਪੰਜਾਬ ਸਰਕਾਰ ਦਾ ਸੈਰਸਪਾਟਾ ਵਿਭਾਗ ਵੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਪਹਿਲੀ ਵਾਰ ਪੰਜਾਬ ਵਿੱਚ ਸੈਰਸਪਾਟਾ ਸੰਮੇਲਨ ਯੋਜਨ ਕੀਤਾ ਜਿਸ ਵਿੱਚ ਕਈ ਨਿਵੇਸ਼ਕਾਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਲਈ ਦਿਲਚਸਪੀ ਦਿਖਾਈ ਹੈ ਅਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਨਮਾਨ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਅਨਮੋਲ ਗਨਮਾਨ ਜਲਦੀ ਹੀ ਵਿਆਹ ਤੇ ਵੰਦਨ ਵਿੱਚ ਬੰਜ ਜਾ ਰਹੇ ਹਨ